ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਸਰਕਾਰ ਤੇ ਕਿਸਾਨ ਕਰਜ਼ ਮੁਆਫੀ ਨਾ ਕਰਨ ਦੇ ਇਲਜ਼ਾਮ ਲਾਉਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ 23 ਜਨਵਰੀ ਨੂੰ ਬਠਿੰਡਾ ਵਿਚ ਹੋਣ ਵਾਲੇ ਕਿਸਾਨ ਕਰਜ਼ ਮੁਆਫੀ ਸਮਾਰੋਹ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਸੱਚ ਦਾ ਪਤਾ ਲੱਗ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੇਜਰੀਵਾਲ ਹਮੇਸ਼ਾ ਝੂਠ ਦੀ ਸਿਆਸਤ ਕਰਦੇ ਨੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਰਜ਼ਾ ਮੁਆਫੀ ਕੀਤੀ ਵੀ ਨਹੀਂ ਤੇ ਮੈਂ ਅੱਜ ਲੈਟਰ ਵੀ ਲਿਖ ਰਿਹਾ ਔਰ ਉਹਨਾਂ ਦੇ ਆਫਿਸ 'ਚ ਮੇਲ ਤੇ ਕਰਾਂਗਾ ਕਿ ਪਰਸੋਂ ਸਾਡੀ ਕਰਜ਼ਾ ਮਾਫੀ ਬਠਿੰਡਾ ਔਰ ਮਾਨਸਾ ਡਿਸਟ੍ਰਿਕਟ ਦੀ ਤੇ ਉੱਥੇ ਆਣ ਕੇ ਸਾਡੇ ਚੀਫ ਮਿਨਿਸਟਰ ਦੇ ਨਾਲ ਉਸ ਚੀਜ਼ ਸਾਂਝੀ ਕਰਨ ਤੇ ਜਿਹੜੇ ਕਰਜ਼ੇ ਦੇਣੇ ਆ ਉਹ ਸਰਟੀਫਿਕੇਟ ਇਹਨਾਂ ਦੇ ਕੋਲ ਵੀ ਲੋਕਾਂ ਨੂੰ ਦਿੱਤੇ ਜਾਣਗੇ। ਤੇ ਜਿਹੜੀ ਗੱਲ ਆ ਕੇਜਰੀਵਾਲ ਸਾਹਿਬ ਦਾ ਇਹਨਾਂ ਦੇ ਤੇ ਪਾਰਟੀ ਦਾ ਵੈਸੇ ਹੀ ਕੋਈ ਨਾ ਸੰਵਿਧਾਨ ਆ ਨਾ ਕੋਈ ਲੀਡਰ ਆ, ਲੀਡਰਲੈਸ ਹੈਗੇ ਨੇ। ਜਿਹੜਾ ਮਰਜ਼ੀ ਬੋਲੀ ਜਾਂਦਾ ਉਹ ਜਿਹੜੇ ਕਹਿੰਦੇ ਨੇ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਅੱਜ ਕਹਿੰਦੇ ਕੇਜਰੀਵਾਲ ਕੇਜਰੀਵਾਲ ਕੋਈ ਨਹੀਂ ਅੱਜ ਤੇਰੇ ਨਾਲ, ਤੇ ਇਸ ਕਰਕੇ ਇਹੋ ਜਿਹੇ ਜਿਹੜੇ ਗੱਲਾਂ ਨੇ ਇਹ ਇਸ ਲੈਵਲ ਤੇ ਪਹੁੰਚ ਗਈ। ਜਿਹੜਾ ਬੰਦਾ ਕਹੇ ਕਿ ਮੈਂ ਆਰਡਰ ਲਈ ਦੀ ਗੱਲ ਕਰਦਾ, ਮੈਂ ਕੋਈ ਹੋਰ ਗੱਲ ਕਰਦਾ, ਇਹੋ ਜਿਹੇ ਬੰਦੇ ਦੇ ਪਹਿਲਾਂ ਇਹਨਾਂ ਕੋਲੋਂ ਉਹ ਸਾਰਾ ਕੁਝ ਆਪਣਾ ਡਿਪਾਰਟਮੈਂਟ ਨੂੰ ਆਪਣੇ ਜਿੱਥੋਂ ਦੇ ਪਾਰਟੀ ਵਰਕਰਸ ਨੂੰ ਪੁੱਛਣਾ ਹੈ। ਮੇਰੇ ਖਿਆਲ ਆਪ ਵਾਲਿਆਂ ਦੇ ਕਈ ਨੇ ਮੈਂ ਲਿਸਟ ਦੇ ਦੂੰਗੀ ਮੇਰੇ ਇਲਾਕੇ ਦੇ, ਕਈ ਆਪ ਵਾਲਿਆਂ ਦੇ ਕਰਜ਼ੇ ਮਾਫ਼ ਕਰ ਦਿੱਤੇ ਅਤੇ ਫਿਰ ਉੱਥੇ ਇਹਦਾ ਮਤਲਬ ਫਿਰ ਕੇਜਰੀਵਾਲ ਸਾਹਿਬ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਕੋਲੋਂ ਅਤੇ ਖਾਸ ਕਰਕੇ ਝੂਠ ਬੋਲੇ।